ਸੋ ਵੈਲਕਮ ਟੂ ਆਲ ਆਪਣੇ ਚੈਨਲ ਮਾਈਗ੍ਰੇਟ ਪ੍ਰੋਪਰਟیز ਐਂਡ ਟਰੈਵਲ ਦੇ ਸੋ ਸਭ ਨੂੰ ਜੀ ਆਇਆਂ ਨੂੰ ਆਪਣੇ ਚੈਨਲ ਦੇ ਅੱਜ ਆਪਾਂ ਇੱਕ ਨਵੀਂ ਅਪਡੇਟ ਲੈ ਕੇ ਆਏ ਆਂ ਲੇਟੈਸਟ ਜਿਸ ਦਾ ਕੁਝ ਲੋਕਾਂ ਨੂੰ ਪਤਾ ਹੋਵੇਗਾ ਪੰਜਾਬ ਦੇ ਵਿੱਚ ਜਾਂ ਹਰਿਆਣਾ ਜਾਂ ਪੰਚਕੂਲੇ ਦੇ ਵਿੱਚ ਜ਼ਿਆਦਾਤਰ ਜੇ ਲੋਕਾਂ ਕੋਲ ਅਪਡੇਟ ਨਹੀਂ ਆਈ ਤੇ ਲੇਟੈਸਟ ਅਪਡੇਟ ਵੀ ਦੱਸਾਂਗੇ ਉਸ ਉੱਪਰ ਨਵੀਂ ਅਪਡੇਟ ਕੀ ਹੋਈ ਆ ਸੋ ਚੰਡੀਗੜ੍ਹ ਪੰਜਾਬ ਤੇ ਪੰਚਕੂਲੇ ਨੂੰ ਆਪਾਂ ਕਹਿ ਦਈਏ ਚੰਡੀਗੜ੍ਹ ਮੁਹਾਲੀ ਤੇ ਪੰਚਕੂਲੇ ਦੇ ਵਿੱਚ ਮੈਟਰੋ ਪ੍ਰੋਜੈਕਟ ਆ ਆਲਮੋਸਟ ਇੰਪਰੂਵਡ ਹੋ ਚੁੱਕਾ ਆ ਗਰੀਬ ਸਿਗਨਲ ਮਿਲ ਗਿਆ ਜੁਨੀਅਨ ਆਪਣੀ ਜਿਹੜੀ ਹੋਮ ਮਿਨਿਸਟਰੀ ਇੰਡੀਆ ਉਸ ਦੇ ਵੱਲੋਂ ਤੇ ਉਸ ਦੇ ਸਾਰੇ ਅਪਡੇਟ ਕੱਪ ਤੁਹਾਨੂੰ ਦਾਂਗੇ ਸਟੈਪ ਬਾਈ ਸਟੈਪ ਕਿਵੇਂ ਸ਼ੁਰੂ ਹੋਏਗਾ ਕਿਹੜੇ ਕਿਹੜੇ ਏਰੀਆ ਨੂੰ ਕਵਰ ਕਰੇਗਾ ਸੋ ਸਭ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਦਿਓ ਸਬਸਕ੍ਰਾਈਬ ਦੇ ਨਾਲ ਜੁਆਇਨ ਦੀ অপਸ਼ਨਾਂ ਤੇ ਜੁਆਇਨ ਦੀ অপਸ਼ਨ ਤੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ ਸੋ ਅੱਜ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਪੰਜਾਬ ਦੇ ਵਿੱਚ ਹੁਣ ਦੌੜੇਗੀ ਮੈਟਰੋ ਕਿਵੇਂ ਦੌੜੇਗੀ ਕਿਸ ਏਰੀਆ ਦੇ ਵਿੱਚ ਸਭ ਤੋਂ ਪਹਿਲਾਂ ਸਟਾਰਟ ਹੋਏਗੀ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਤੇ ਚੰਡੀਗੜ੍ਹ ਦੇ ਵਿੱਚ ਜਿਹੜਾ ਨਵਾਂ ਪ੍ਰੋਜੈਕਟ ਆ ਰਿਹਾ ਹੈ ਤੇ ਇਸ ਪ੍ਰੋਜੈਕਟ ਦਾ ਜਿਹੜਾ ਨਾਮ ਹੈ ਉਹ ਟਰਾਈ ਸਿਟੀ ਮੈਟਰੋ ਪ੍ਰੋਜੈਕਟ ਰੱਖਿਆ ਗਿਆ ਹੈ ਮੇਨਲੀ ਇਹ ਜਿਹੜਾ ਸਟਾਰਟ ਹੋ ਰਿਹਾ ਹੈ ਤਿੰਨ ਮੇਨ ਸ਼ਰਨ ਲੈ ਕੇ ਸ਼ੁਰੂ ਹੋਵੇਗਾ ਜਿਸ ਦੇ ਵਿੱਚ ਪੰਜਾਬ ਚੰਡੀਗੜ੍ਹ ਤੇ ਪੰਚਕੁਲਾ ਇਸ ਨੂੰ ਕਵਰ ਕੀਤਾ ਜਾਏਗਾ ਇਸ ਦੇ ਅੱਗੇ ਕਿਹੜੇ ਕਿਹੜੇ ਰੂਟ ਹੋਣਗੇ ਕਿਹੜੇ ਕਿਹੜੇ ਇਸ ਪ੍ਰੋਜੈਕਟ ਨੇ ਉਸ ਦੇ ਬਾਰੇ ਆਪਾਂ ਤੁਹਾਨੂੰ ਦੱਸਦੇ ਚੱਲਾਂਗੇ ਸੋ ਸਭ ਤੋਂ ਪਹਿਲਾਂ ਇਹ ਜਿਹੜਾ ਪ੍ਰੋਜੈਕਟ ਸ਼ੁਰੂ ਹੋਇਆ ਸੀ ਇਹ 2009 ਦੇ ਵਿੱਚ ਸ਼ੁਰੂ ਹੋਇਆ ਸੀਗਾ ਮੈਟਰੋ ਪ੍ਰੋਜੈਕਟ ਪਰ ਉਸ ਸਮੇਂ ਕੁਝ ਕਾਰਨਾਂ ਦੇ ਕਰਕੇ ਇਹ ਪਾਸ ਨਹੀਂ ਹੋਇਆ ਤੇ ਫਿਰ ਇਹ ਠੱਪ ਹੋ ਗਿਆ ਤੇ ਇਸ ਦੇ ਉੱਪਰ ਕੋਈ ਉਸ ਤੋਂ ਬਾਅਦ ਫਰਦਰ ਕੋਈ ਡਿਵੈਲਪਮੈਂਟ ਨਹੀਂ ਹੋਈ ਤੇ ਕਾਫੀ ਸਾਲ ਬੰਦ ਰਹਿਣ ਤੋਂ ਬਾਅਦ ਫਿਰ ਜਿਹੜੀ ਯੂਨੀਅਨ ਹੋਮ ਮਿਨਿਸਟਰੀ ਆ ਤੇ ਚੰਡੀਗੜ੍ਹ ਦੀ ਜਿਹੜੀ ਯੂਟੀ ਆ ਉਹਨਾਂ ਨੇ ਪੰਜਾਬ ਨੇ ਹਰਿਆਣੇ ਦੀ ਗਵਰਨਮੈਂਟਾਂ ਨੇ ਇਹ ਦੇਖਿਆ ਵੀ ਤੇ ਟ੍ਰੈਫਿਕ ਜਿਹੜਾ ਉਹ ਦਿਨ ਬਦ ਦਿਨ ਬਹੁਤ ਵੱਧਦਾ ਜਾ ਰਿਹਾ ਉਸ ਦੇ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀ ਹੋ ਰਹੀ ਆ ਤੇ ਇਸ ਦੇ ਨਾਲ ਸਭ ਤੋਂ ਵੱਡਾ ਜਿਹੜਾ ਬੈਡ ਇੰਪੈਕਟ ਪੈ ਰਿਹਾ ਉਹ এনਵਾਇਰਨਮੈਂਟ ਦੇ ਉੱਪਰ ਪੈ ਰਿਹਾ ਜਿਵੇਂ ਕਿ ਅਪਨ ਹੁਣ ਪਤਾ ਹੈ ਚੰਡੀ ਦਿੱਲੀ ਦੇ ਵਿੱਚ ਨੌਇਡਾ ਗੁੜਗਾਉਂ ਦੇ ਵਿੱਚ ਹੋਰ ਵੀ ਬੰਬੇ ਵਗੈਰਾ ਵੱਡੀਆਂ ਜਿੰਨੀਆਂ ਵੀ ਮੈਟਰੋ ਸਿਟੀ ਨੇ ਉਹਨਾਂ ਵਿੱਚ ਮੈਟਰੋ ਚੱਲ ਰਹੀ ਆ ਤੇ ਹੁਣ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੇ ਲੰਮੇ ਰੂਟ ਨੇ ਉਹਨਾਂ ਦੇ ਉੱਪਰ ਵੀ ਜਿਹੜੇ ਆਪਣੇ ਨਿਰਧਨ ਗੱਡਰ ਗੀਰੀ ਸਾਹਿਬ ਨੇ ਉਹਨਾਂ ਨੇ ਕਾਫੀ ਸਪੈਂਡ ਕਰ ਰਹੇ ਨੇ ਪੈਸਾ ਕਾਫੀ ਜਿਆਦਾ ਮਿਹਨਤ ਕਰ ਰਹੇ ਨੇ ਵੀ ਵੱਡੀਆਂ ਜਿਹੜੇ ਪ੍ਰੋਜੈਕਟ ਆ ਵੱਡੀਆਂ ਲਾਈਨਾਂ ਨੇ ਉਹਨਾਂ ਦੇ ਉੱਪਰ ਵੀ ਮੈਟਰੋ ਚਲਾਈ ਜਾਵੇ ਤੇ ਉਸ ਦੇ ਹੀ ਮਲੇ ਮੱਦੇ ਨਜ਼ਰ ਜਿਹੜਾ ਪੰਜਾਬ ਦੇ ਵਿੱਚ ਦੇਖਿਆ ਗਿਆ ਵੀ ਚੰਡੀਗੜ੍ਹ ਦੇ ਵਿੱਚ ਜਿਹੜੀ ਆਪਣੀ ਸਿਟੀ ਆ ਇਸ ਦੇ ਵਿੱਚ ਕਾਫੀ ਜ਼ਿਆਦਾ ਟ੍ਰੈਫਿਕ ਵਧ ਰਿਹਾ ਹੈ ਤੇ এনवायरमेंट ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਦਿਨ ਬਦਦੇ ਨੂੰ ਸੋ ਹੁਣ ਦੁਬਾਰਾ ਫਿਰ ਮੀਟਿੰਗ ਹੋਈ ਸੀਗੀ ਜੀ ਇਹ ਮੀਟਿੰਗ ਮਾਰਚ 2023 ਨੂੰ ਦੁਬਾਰਾ ਫਿਰ ਮੀਟਿੰਗ ਹੋਈ ਸੀਗੀ ਤੇ ਇਸ ਮੀਟਿੰਗ ਦੇ ਵਿੱਚ ਜਿਹੜਾ ਦੁਬਾਰਾ ਇਹ ਪ੍ਰੋਪੋਜ਼ਲ ਰੱਖਿਆ ਗਿਆ ਟ੍ਰਾਈ ਸਿਟੀ ਮੈਟਰੋ ਪ੍ਰੋਜੈਕਟ ਦਾ ਤੇ ਫਿਰ 27 ਜੂਨ 2023 ਨੂੰ ਜਿਹੜੀ ਜੁਨੀਅਨ ਹੋ ਹੋ ਮਿਨਿਸਟਰੀ ਆਫ ਇੰਡੀਆ ਉਸਨੇ ਇਹਨੂੰ ਗ੍ਰੀਨ ਸਿਗਨਲ ਦੇ ਦਿੱਤਾ ਆ ਚੰਡੀਗੜ੍ਹ ਨੂੰ ਪੰਜਾਬ ਨੂੰ ਹਰਿਆਣੇ ਨੂੰ ਵੀ ਤੁਸੀਂ ਇਸ ਦੇ ਉੱਪਰ ਆਪਣਾ ਸਾਰਾ ਵਰਕਆਊਟ ਤਿਆਰ ਕਰੋ ਸਾਰਾ ਪ੍ਰੋਜੈਕਟ ਤਿਆਰ ਕਰੋ ਸਾਨੂੰ ਰਿਪੋਰਟ ਦਿਓ ਸੋ 5 ਜੁਲਾਈ 2023 ਨੂੰ ਇੱਕ ਮੀਟਿੰਗ ਹੋਈ ਸੀ ਚੰਡੀਗੜ੍ਹ ਦੇ ਵਿੱਚ ਜਿਸ ਦੇ ਵਿੱਚ ਪੰਜਾਬ ਤੋਂ ਹਰਿਆਣੇ ਤੋਂ ਤੇ ਚੰਡੀਗੜ੍ਹ ਦੇ ਜਿਹੜੇ ਸੀਨੀਅਰ ਗਵਰਨਮੈਂਟ ਆਫੀਸਰ ਉਹਨਾਂ ਨੇ ਮੀਟਿੰਗ ਕੀਤੀ ਤੇ ਇਸ ਦੇ ਉੱਪਰ ਜਿਹੜਾ ਪ੍ਰੋਜੈਕਟ ਉਹ ਸ਼ੁਰੂ ਕੀਤਾ ਆ ਇਸ ਦੇ ਉੱਪਰ ਕੰਮ ਸ਼ੁਰੂ ਹੋਇਆ ਤੇ ਇਸ ਦੇ ਵਿੱਚ ਜਿਹੜੀ ਮੇਨ ਆਪਾਂ ਗੱਲ ਕਰੀਏ ਤਾਂ ਇਹ ਪ੍ਰੋਜੈਕਟ ਦੋ ਫੇਸਾਂ ਦੇ ਵਿੱਚ ਬਣੇਗਾ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾ ਫੇਸ ਜਿਹੜਾ ਸ਼ੁਰੂ ਹੋਵੇਗਾ ਉਹ 2027 ਤੋਂ ਸ਼ੁਰੂ ਹੋਵੇਗਾ ਤੇ 2037 ਤੱਕ ਉਹ ਕੰਪਲੀਟ ਹੋਵੇਗਾ ਤੇ ਦੂਸਰਾ ਫੇਸ ਫਿਰ 2037 ਤੋਂ ਲੈ ਕੇ ਤੇ ਜਦ ਤੱਕ ਨੈਕਸਟ ਸਾਰਾ ਪ੍ਰੋਜੈਕਟ ਹੋਏਗਾ ਉਹ ਮਲ ਕੰਪਲੀਟ ਕੀਤਾ ਜਾਵੇਗਾ ਸੋ ਜਿਹੜਾ ਪਹਿਲਾ ਫੇਸ ਉਹ 2027 ਤੋਂ ਲੈ ਕੇ 2037 ਦੇ ਵਿੱਚ ਉਸ ਨੂੰ ਕੰਪਲੀਟ ਕੀਤਾ ਜਾਵੇਗਾ ਤੇ ਇਸ ਪ੍ਰੋਜੈਕਟ ਦੇ ਵਿੱਚ 377 ਕਿਲੋਮੀਟਰ ਏਰੀਆ ਕਵਰ ਕੀਤਾ ਜਾਏਗਾ ਜਿਸ ਦੇ ਵਿੱਚ 34 30.4.5 ਕਿਲੋਮੀਟਰ ਜਿਹੜਾ ਏਰੀਆ ਉਹ ਚੰਡੀਗੜ੍ਹ ਦਾ ਆਵੇਗਾ 29 ਕਿਲੋਮੀਟਰ ਦਾ ਜਿਹੜਾ ਉਹ ਪੰਚਕੁੱਲੇ ਦਾ ਏਰੀਆ ਆਵੇਗਾ ਦੇ 37 ਕਿਲੋਮੀਟਰ ਜਿਹੜਾ ਹੈ ਉਹ ਜਿਹੜਾ ਆਪਣਾ ਮੋਹਾਲੀ ਦਾ ਏਰੀਆ ਉਸ ਨੂੰ ਕਵਰ ਕੀਤਾ ਜਾਏਗਾ ਇਸ ਪ੍ਰੋਜੈਕਟ ਦੇ ਉੱਪਰ ਜਿਹੜੀ ਆਪਾਂ ਜੇ ਅਮਾਉਂਟ ਦੀ ਗੱਲ ਕਰੀਏ ਤਾਂ ਲਗਭਗ 10570 ਕਰੋੜ ਰੁਪਏ ਦੀ ਲਾਗਤ ਆਵੇਗੀ ਪਹਿਲੇ ਫੇਸ ਦੇ ਵਿੱਚ ਜਿਹੜਾ ਪਹਿਲਾ ਫੇਸ ਬਣੇਗਾ ਉਸ ਦੇ ਵਿੱਚ ਕਿੰਨੀਆਂ ਲੈਣਾ ਮਚਾਈਆਂ ਜਾਣਗੀਆਂ ਆਪਾਂ ਤੁਹਾਨੂੰ ਵੀ ਅੱਗੇ ਦੱਸਦੇ ਚੱਲਾਂਗੇ ਸੋ ਇਸ ਦੇ ਵਿੱਚ ਤਰੀਬਨ ਤਰੀਬਨ ਜਿਹੜਾ 10570 ਕਰੋੜ ਰੁਪਏ ਖਰਚਾ ਆਏਗਾ 20% ਜਿਹੜੀ ਸੈਂਟਰ ਸਰਕਾਰ ਦੇਗੀ 20% ਹਰਿਆਣਾ ਗਵਰਨਮੈਂਟ ਦੇਗੀ 20% ਪੰਜਾਬ ਗਵਰਨਮੈਂਟ ਦੇਗੀ ਤੇ ਬਾਕੀ ਦਾ ਜਿਹੜਾ ਆ ਉਹ ਚੰਡੀਗੜ੍ਹ ਦੇਣਗੇ ਜਿਹ ਅਥਾਰਟੀ ਹੈ ਗਵਰਨਮੈਂਟ ਅਥਾਰਟੀ ਆ ਉਹ ਦੇਗੀ ਸੋ ਇਸ ਨੂੰ ਇਸ ਤਰ੍ਹਾਂ ਸ਼ੁਰੂ ਕੀਤਾ ਜਾਏਗਾ ਤੇ ਇਸ ਦੇ ਵਿੱਚ ਜਿਹੜੀ ਪੰਜਾਬ ਤੇ ਹਰਿਆਣੇ ਨੇ ਆਪਣੇ ਜਿਹੜੀ ਸਟਾਰਟਿੰਗ ਅਮਾਉਂਟ ਹੈ ਜਿਹੜੀ ਉਹ ਜਮਾ ਕਰਾ ਚੁੱਕੇ ਆ ਆਲਮੋਸਟ ਜਿਹੜੀ ਮਤਲਬ ਜਿਹੜੀ ਰਿਪੋਰਟ ਤਿਆਰ ਹੋ ਚੁੱਕੀ ਆ ਫੰਡਿੰਗ ਦੇ ਤੌਰ ਤੇ ਵੀ ਬਾਕੀ ਜਿੰਨੇ ਵੀ ਪੁਆਇੰਟ ਨੇ ਉਹਨਾਂ ਨੂੰ ਕਲੀਅਰ ਕੀਤਾ ਜਾ ਰਿਹਾ ਆ ਆਲਮੋਸਟ ਡਨ ਹੋਣ ਵਾਲੇ ਨੇ ਤੇ ਉਸ ਤੋਂ ਬਾਅਦ ਇਸ ਦੀ ਜਿਹੜੀ ਪਹਿਲੀ ਲਾਈਨ ਇਹ ਜਿਹੜੀ ਹੋਏਗੀ ਉਹ ਰੌਕ ਗਾਰਡਨ ਤੋਂ ਸ਼ੁਰੂ ਹੋ ਕੇ ਆਈਐਸਬੀਟੀ 17 ਆਈਐਸਬੀਟੀ 43 ਤੋਂ ਏਅਰਪੋਰਟ ਚੌਂਕ ਤੇ ਫਿਰ ਜੀਰਕਪੁਰ ਜਾਏਗਾ ਇਹ ਜਿਹੜੀ ਪੰਜਾਬ ਦੀ ਜਿਹੜੀ ਏਰੀਆ ਨੂੰ ਕਵਰ ਕਰੇਗੀ ਮੁਹਾਲੀ ਦੇ ਏਰੀਏ ਨੂੰ ਜਿਹੜੀ ਜਿਹੜੀ ਪਹਿਲੀ ਲਾਈਨ ਹੋਏਗੀ ਦੂਸਰੀ ਲਾਈਨ ਦੇ ਵਿੱਚ ਸਹਾਰਨਪੁਰ ਤੋਂ ਸ਼ੁਰੂ ਹੋ ਕੇ ਟਰਾਂਸਪੋਰਟ ਚੌਂਕ ਫਿਰ ਉਸ ਤੋਂ ਬਾਅਦ ਪੰਚਕੁਲੇ ਤੱਕ ਜਿਹੜੀ ਦੂਸਰੀ ਲਾਈਨ ਜਾਏਗੀ ਤੀਸਰੀ ਲਾਈਨ ਦੇ ਵਿੱਚ ਗ੍ਰੀਨ ਮਾਰਕੀਟ ਚੌਂਕ ਤੋਂ ਸ਼ੁਰੂ ਹੋ ਕੇ ਆਈਐਸਬੀਟੀ 43 ਇਸ ਤੋਂ ਬਾਅਦ ਟਰਾਂਸਪੋਰਟ ਚੌਂਕ ਤੋਂ ਫਿਰ ਪੰਚਕੁਲੇ ਜਾਏਗੀ ਇਹ ਇਸ ਤਰ੍ਹਾਂ ਦੇ ਇਸ ਦੀਆਂ ਲਾਈਨਾਂ ਹੋਣਗੀਆਂ ਜਿੰਜ ਨੂੰ ਕਵਰ ਅਪ ਕੀਤਾ ਜਾਏਗਾ ਇਹਨਾਂ ਲਾਈਨਾਂ ਦੇ ਵਿੱਚ ਅੱਗੇ ਆਪਾਂ ਤੁਹਾਨੂੰ ਸਕਰੀਨ ਦੇ ਉੱਪਰ ਸਟੈਪ ਬਾਈ ਸਟੈਪ ਦਿਖਾਵਾਂਗੇ ਇਸ ਦੇ ਵਿੱਚ ਕਿਹੜੇ ਮੇਨ ਮੇਨ ਪੁਆਇੰਟ ਹੋਣਗੇ ਜਿੱਥੇ ਇਹਨਾਂ ਲਾਈਨਾਂ ਦੇ ਉੱਪਰ ਟ੍ਰੇਨ ਮੈਟਰੋ ਟ੍ਰੇਨ ਜਿਹੜੀ ਰੁਕੇਗੀ ਇਸ ਦੇ ਮੇਨ ਚਾਰ ਰੂਟ ਹੋਣਗੇ ਪਹਿਲੇ ਰੂਟ ਦੇ ਵਿੱਚ ਜਿਹੜਾ ਉਹ ਆਪਾਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਤੁਸੀਂ ਦੇਖ ਰਹੇ ਹੋ ਤੇ ਇਹ ਜਿਹੜੇ ਏਰੀਏ ਆਉਣਗੇ ਸਾਰੇ ਤੁਸੀਂ ਦੇਖ ਰਹੇ ਹੋ ਤੇ ਇਸ ਨੂੰ ਤੁਸੀਂ ਦੇਖ ਸਕਦੇ ਹੋ ਇਸ ਤੋਂ ਬਾਅਦ ਦੂਸਰੀ ਰੂਟ ਦੇ ਵਿੱਚ ਫਿਰ ਆਉਣਗੇ ਫਿਰ ਤੀਸਰਾ ਫਿਰ ਚੌਥਾ ਰੂਟ ਚਾਰ ਰੂਟ ਹੋਣਗੇ ਚਾਰ ਰੂਟ ਦੇ ਵਿੱਚ ਇਹ ਜਿਹੜੇ ਮੋਹਾਲੀ ਚੰਡੀਗੜ੍ਹ ਤੇ ਪੰਜਕੂਲੇ ਦੇ ਜਿਹੜੇ ਮੇਨ ਪੁਆਇੰਟ ਹੋਣਗੇ ਜਿੱਥੇ ਟ੍ਰੇਨ ਰੁਕੇਗੀ ਉਸ ਨੂੰ ਕਵਰ ਅਪ ਕੀਤਾ ਜਾਏਗਾ ਸੋ ਇਸ ਤਰ੍ਹਾਂ ਇਹ ਸਾਰਾ ਪ੍ਰੋਜੈਕਟ ਦੇ ਉੱਪਰ ਕੰਮ ਆਲਮੋਸਟ ਡਨ ਹੋ ਚੁੱਕਾ ਆ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਛੇਤੀ ਇਸ ਨੂੰ ਅਮਲੀ ਰੂਪ ਦੇ ਵਿੱਚ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇਸ ਦੇ ਨਾਲ ਕਾਫੀ ਲੋਕਾਂ ਨੂੰ ਫਾਇਦਾ ਹੋਵੇਗਾ ਟ੍ਰੈਫਿਕ ਘਟੇਗਾ ਤੇ ਜਿਹੜੀ ਸਭ ਤੋਂ ਵੱਡੀ ਚੀਜ਼ ਅੱਜ ਦੇ ਟਾਈਮ 'ਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਪਰੇਸ਼ਾਨੀ ਆ ਰਹੀ ਹੈ এনवायरमेंट ਦੇ ਤੌਰ ਤੇ ਵਾਤਾਵਰਣ ਖਰਾਬ ਹੋ ਰਿਹਾ ਪੋਲਿਊਸ਼ਨ ਵੱਧ ਰਿਹਾ ਉਸ ਦੇ ਵਿੱਚ ਬਹੁਤ ਜ਼ਿਆਦਾ ਪੋਲਿਊਸ਼ਨ ਆ ਘਟੇਗਾ ਤੇ ਇਸ ਦੇ ਨਾਲ ਜਿਹੜੀ ਆ ਜਿਹੜਾ ਰੀਅਲ ਏਸਟੇਟ ਆ ਜਿਵੇਂ ਕਿ ਆਪ ਸਭ ਨੂੰ ਜ਼ਿਆਦਾਤਰ ਪਤਾ ਹੋਏਗਾ ਜਿੱਥੇ-ਜਿੱਥੇ ਵੀ ਮੈਟਰੋ ਆਈ ਆ ਉੱਥੇ ਰੀਅਲ ਅਸਟੇਟ ਦੇ ਵਿੱਚ ਰੇਟ ਕਾਫੀ ਇਨਕਰੀਜ਼ ਹੋਇਆ ਹੈ ਜੇ ਕਹੇ ਕਮਰਸ਼ੀਅਲ ਪ੍ਰਾਪਰਟੀ ਹੋਵੇ ਰੈ residențial ਪ੍ਰਾਪਰਟੀ ਹੋਵੇ ਕੋਈ ਵੀ ਪ੍ਰਾਪਰਟੀ ਹੋਵੇ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਪੰਚਕੁਲੇ ਸੌਰੀ ਦਿੱਲੀ ਦੇ ਵਿੱਚ ਨੌਇਡਾ ਗੁੜਗਾਓਂ ਬੰਬੇ ਜਾਂ ਹੋਰ ਵੀ ਜਿੱਥੇ ਜਿੱਥੇ ਵੀ ਮੈਟਰੋ ਆਈ ਆ ਉੱਥੇ ਪ੍ਰਾਪਰਟੀ ਦੇ ਰੇਟ ਨੇ ਜਿਹੜੇ ਰੀਅਲ ਅਸਟੇਟ ਦੇ ਵਿੱਚ ਰੇਟ ਬਹੁਤ ਇਨਕਰੀਜ਼ ਹੋਏ ਆ ਸੋ ਇੱਥੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਵੀ ਵੈਸੇ ਵੀ ਪੰਚਕੁਲਾ ਮੋਹਾਲੀ ਦੇ ਵਿੱਚ ਪ੍ਰਾਪਰਟੀ ਦੇ ਰੇਟ ਦਿਨ ਬਦਨ ਕਾਫੀ ਇਨਕਰੀਜ਼ ਹੋ ਰਹੇ ਆ ਪਰ ਜਦੋਂ ਇਹ ਪ੍ਰੋਜੈਕਟ ਸ਼ੁਰੂ ਹੋਏਗਾ 2027 ਦੇ ਵਿੱਚ ਅਰਾਊਂਡ ਤਾਂ ਇੱਥੇ ਪ੍ਰਾਪਰਟੀ ਦੇ ਰੇਟ ਕਾਫੀ ਜ਼ਿਆਦਾ ਹੋਰ ਵਧਣ ਦੇ ਆਸਾਰ ਨੇ ਸੋ ਜੇ ਤੁਸੀਂ ਪ੍ਰਾਪਰਟੀ ਦੇ ਵਿੱਚ ਕੋਈ ਵੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਮੋਹਾਲੀ ਦੇ ਆਸ-ਪਾਸ ਪੰਚਕੁਲੇ ਦੇ ਆਸ-ਪਾਸ ਜਾਂ ਚੰਡੀਗੜ੍ਹ ਨੇ ਨਿਊ ਚੰਡੀਗੜ੍ਹ ਦੇ ਆਸ-ਪਾਸ ਤਾਂ ਇਹ ਜੋ ਬੈਸਟ ਟਾਈਮ ਆ ਪ੍ਰਾਪਰਟੀਆਂ ਵਿੱਚ ਇਨਵੈਸਟਮੈਂਟ ਕਰਨ ਦਾ ਸੋ ਪ੍ਰਾਪਰਟੀ ਦੇ ਵਿੱਚ ਵੀ ਆਪਾਂ ਤੁਹਾਨੂੰ ਕਾਫੀ ਵੀਡੀਓ ਪਾਈਆਂ ਨੇ ਮੋਹਾਲੀ ਦੀਆਂ ਜਿੰਦੇ ਵਿੱਚ ਐਰੋ ਸਿਟੀ ਆਈਟੀ ਸੀਟੀ ਐਟਰੋਪੋਲਿਸ ਤੇ ਜੇ ਤੁਸੀਂ ਉਸ ਸਾਈਡ ਕਿਸੇ ਗਮਾਡਾ ਦੇ ਕਿਸੇ ਗਵਰਨਮੈਂਟ ਪ੍ਰੋਜੈਕਟ ਦੇ ਵਿੱਚ ਆਪਣੀ ਇਨਵੈਸਟਮੈਂਟ ਕਰਨਾ ਚਾਹੁੰਦੇ ਹੋ ਸੋ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਤੇ ਜੇ ਕੋਈ ਫਰਦਰ ਹੋਰ ਤੁਸੀਂ ਮੈਟਰੋ ਪ੍ਰੋਜੈਕਟ ਦੇ ਰਿਗਾਰਡਿੰਗ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤਾਂ ਸਾਡੇ YouTube ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਆਪਣਾ ਸੰਪਰਕ ਕਰ ਸਕਦੇ ਹੋ ਜੇ ਐਫਰ ਤੁਹਾਨੂੰ ਵਧੀਆ ਲੱਗਦਾ ਹੈ ਤਾਂ ਹੁਣ ਤੱਕ ਤੁਸੀਂ ਵੀਡੀਓ ਦੇਖ ਚੁੱਕੇ ਹੋ ਤਾਂ ਸਭ ਨੂੰ ਰਿਕਵੈਸਟ ਆਪਣੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਦੇ ਨਾਲ ਬੈਲ ਆਈਕਨ ਦੀ ਆਪਸ਼ਨ ਹੈ ਉੱਥੇ ਜਾ ਕੇ ਤੁਸੀਂ ਕਲਿੱਕ ਕਰ ਸਕਦੇ ਹੋ ਤਾਂ ਜੋ ਤੁਹਾਨੂੰ ਪ੍ਰਾਪਰਟੀ ਦੇ ਰਿਗਾਰਡਿੰਗ ਜਾਂ ਟਰੈਵਲ ਦੇ ਰਿਗਾਰਡਿੰਗ ਜਿਹੜੀਆਂ ਵੀਡੀਓ ਅਪ ਟੂ ਡੇਟ ਮਿਲਦੀਆਂ ਰਹਿਣ ਇਸ ਦੇ ਨਾਲ ਜੁਆਇਨ ਦੀ অপਸ਼ਨ ਉੱਥੇ ਜਾ ਕੇ ਤੁਸੀਂ ਆਪਣੀ ਸਪੋਰਟ ਵੀ ਕਰ ਸਕਦੇ ਹੋ ਤੇ ਇਸ ਦੇ ਨਾਲ ਨਾਲ ਆਪਣਾ ਫੇਸਬੁੱਕ ਤੇ ਇੰਸਟਾਗ੍ਰam ਦੇ ਉੱਪਰ ਵੀ ਪੇਜ ਹੈ ਜੀ ਮਾਈਗ੍ਰੇਟ ਪ੍ਰੋਪਰਟੀਜ਼ ਐਂਡ ਟ੍ਰੈਵਲ ਦੇ ਨਾਮ ਤੋਂ ਉੱਥੇ ਜਾ ਕੇ ਆਪਾਂ ਤੁਸੀਂ ਫਾਲੋਅ ਕਰ ਸਕਦੇ ਹੋ ਆਪਾਂ ਟ੍ਰੈਵਲ ਦੀਆਂ ਵੀਡੀਓ ਵੀ ਸਟੋਰੀ ਗੱਲ ਇਤਿਹਾਸਕ ਵੀਡੀਓ ਅਪਡੇਟ ਕਰਦੇ ਆਂ ਤਾਂ ਉਹ ਸਭ ਨੂੰ ਰਿਕਵੈਸਟ ਹੈ ਉਸ ਦੀ ਵੀ ਆਪਣੀ ਸਪੋਰਟ ਕਰੋ ਤੇ ਆਪਾਂ ਆਉਣ ਵਾਲੇ ਸਮੇਂ 'ਚ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਇਨਫਰਮੇਸ਼ਨ ਦੇ ਨਾਲ ਪ੍ਰਾਪਰਟੀ ਦੇ ਰਿਗਾਰਡਿੰਗ ਜਾਂ ਟਰੈਵਲ ਦੇ ਰਿਗਾਰਡ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਜਦ ਤੱਕ ਸਾਨੂੰ ਆਗਿਆ ਦਿਓ ਸਭ ਦਾ ਧੰਨਵਾਦ